ਲੁਧਿਆਣਾ ਪੁਲਿਸ ਵੱਲੋਂ ਏਟੀਐਮ ਵਿੱਚ ਕੈਸ਼ ਲੋਡ ਕਰਨ ਵਾਲੀ ਇੱਕ ਨਿੱਜੀ ਕੰਪਨੀ ਦੇ 4 ਆਰੋਪੀਆਂ ਨੂੰ ਆਪਣੀ ਹੀ ਕੰਪਨੀ ਨਾਲ ਹੇਰਾਫੇਰੀ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਆਰੋਪੀਆਂ ਨੇ ਕੰਪਨੀ ਨਾਲ 90 ਲੱਖ ਰੁਪਏ ਦਾ ਘਪਲਾ ਕੀਤਾ ਸੀ। ਆਰੋਪੀਆਂ ਦੀ ਪਹਿਚਾਣ ਸਹਾਇਕ ਮੈਨੇਜਰ ਰਣਜੀਤ ਸਿੰਘ, ਕੈਸ਼ ਕਸਟੇਡੀਅਲ ਵਰੁਣ ਸਚਦੇਵਾ, ਹਰਪ੍ਰੀਤ ਅਤੇ ਸੁਖਪਾਲ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਆਰੋਪੀਆਂ ਪਾਸੋਂ 56 ਲੱਖ ਰੁਪਏ ਦੀ ਨਕਦੀ ਅਤੇ 2 ਲੱਖ ਰੁਪਏ ਦਾ ਸੋਨਾ ਬਰਾਮਦ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਿਕ ਆਰੋਪੀਆਂ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ। ਲੁਧਿਆਣਾ ਪੁਲਿਸ ਨੇ SIS ਕੈਸ਼ ਸਰਵਿਸਿਜ਼ ਕੰਪਨੀ ਕੇ 2 ਸਰਵਿੰਗ ਐਂਪਲਾਈਜ਼ ਕੋ ਅਰੈਸਟ ਕੀਆ, ਜਿਨਕੇ ਪਾਸ ਸੇ 56 ਲੱਖ ਕੈਸ਼ ਬਰਾਮਦ ਕੀ ਔਰ ਉਸਕੇ ਜੋ ਇੱਕ ਐਂਪਲਾਈ ਉਸਕੋ ਵੀ ਹਮਨੇ ਅਰੈਸਟ ਕੀਆ ਔਰ ਇੱਕ ਸਰਵਿੰਗ ਐਂਪਲਾਈ ਹੈ ਜੋ ਕਿ ਕੈਸ਼ ਕੀ ਜੋ ਆਡਿਟ ਹੋਤੀ ਥੀ ਉਸਕੇ ਬਾਰੇ ਮੈਂ ਜਾਣਕਾਰੀ ਰੱਖਤਾ ਥਾ, ਉਸਕੋ ਹਮਨੇ ਅਰੈਸਟ ਕਰ ਰੱਖਾ। ਸੋ ਟੋਟਲ 4 ਐਂਪਲਾਈਜ਼ ਹਮਨੇ ਇਸਮੇ ਅਰੈਸਟ ਕਰ ਰੱਖੇ। ਇਨਕੀ ਮੋਡਸ ਆਪਰੈਂਡੀ ਇਹ ਥੀ ਕਿ ਜੋ ਕੈਸ਼ ਇਨਕੋ ਮਿਲਤਾ ਥਾ ਏਟੀਐਮ ਮਸ਼ੀਨ ਮੇਂ ਫੀਡ ਕਰਨੇ ਕੇ ਲੀਏ, ਉਤਨਾ ਕੈਸ਼ ਉਹ ਜਮਾ ਨਹੀਂ ਕਰਦੇ ਥੇ ਔਰ ਆਧਾ ਕੈਸ਼ ਜਮਾ ਕਰਨਾ, ਆਧਾ ਕੈਸ਼ ਆਪਣੇ ਪਾਸ ਰੱਖਣਾ। ਤੋ ਇਸ ਤਰ੍ਹਾਂ ਸੇ ਇਨਹੋਨੇ ਅਭੀ ਤੱਕ ਕੇ ਤਕਰੀਬਨ 90 ਲੱਖ ਕੈਸ਼ ਕਾ ਐਂਬੇਜ਼ਲਮੈਂਟ ਕਰ ਰੱਖਾ ਥਾ ਔਰ ਹਮਨੇ ਉਸਮੇਂ ਸੇ 56 ਲੱਖ ਕੈਸ਼ ਬਰਾਮਦ ਕਰ ਰੱਖੀ ਔਰ ਬਾਕੀ ਇਸਮੇਂ ਤਫਤੀਸ਼ ਚੱਲ ਰਹੀ ਹੈ। ਸਿਰਫ ਅਭੀ ਤੱਕ 4 ਐਂਪਲਾਈਜ਼ ਕਾ ਰੋਲ ਸਾਹਮਣੇ ਆਇਆ ਔਰ ਆਗੇ ਦੇਖਤੇ ਤਫਤੀਸ਼ ਮੇਂ ਕਿਆ ਨਿਕਲਤਾ। ਲੁਧਿਆਣਾ ਤੋਂ ਵਿਵੇਕ ਟਲ, ਖਬਰ ਹਰ ਪਲ ਇੰਡੀਆ ਲਈ।